ਨਮਸਕਾਰ ਦੋਸਤੋ, ਮੈਂ ਹਾਂ ਦਵਿੰਦਰ ਵਰਮਾ। ਕਿਸੇ ਨਾ ਕਿਸੇ ਮੁੱਦੇ 'ਤੇ ਵੀਡੀਓ ਬਣਾਉਂਦੇ ਹਾਂ। ਹੁਣ ਅੱਜ ਅਸੀਂ ਵੀਡੀਓ ਪਾਉਣ ਲੱਗੇ ਹਾਂ ਕਿ ਕਈ ਬੰਦੇ ਬਹੁਤ ਦੂਰ ਬੈਠੇ ਹੁੰਦੇ ਹੈ, ਕਿਸੇ ਨੂੰ ਨਹੀਂ ਦੱਸਣਾ ਚਾਹੁੰਦੇ, ਬੱਚਿਆਂ ਦੇ ਵਿਆਹ ਨਹੀਂ ਹੁੰਦੇ। ਉਹਨਾਂ ਵਾਸਤੇ ਬੜਾ ਸੌਖਾ ਜਿਹਾ ਉਪਾਅ ਹੈ ਜਿਹੜਾ ਕਿ ਹਰ ਬੰਦਾ ਕਰ ਸਕਦਾ ਔਰ ਆਸਾਨੀ ਨਾਲ ਕਰ ਸਕਦਾ। ਜਿਸ ਬੱਚੇ ਦਾ ਵਿਆਹ ਨਹੀਂ ਹੁੰਦਾ, 4 ਸ਼ਨੀਵਾਰ ਸ਼ਾਮ ਦੇ ਟਾਈਮ ਜਿਸ ਜਗ੍ਹਾ 'ਤੇ ਜ਼ਿਆਦਾ ਭੀੜ ਹੋਵੇ, ਲੋਕ ਪੈਦਲ ਜਾਂਦੇ ਹੋਣ, ਬਾਣ ਲੈ ਲੈਣਾ। ਇੱਕ ਨਾਰੀਅਲ ਬਾਣ ਹੁੰਦਾ, ਇੱਕ ਦੂਸਰਾ ਬਾਣ ਹੁੰਦਾ, ਉਸ ਬਾਣ ਦੇ ਗਿੱਠ ਗਿੱਠ ਦੇ ਟੋਟੇ ਕਰ ਲਓ, ਕੋਈ 7-8 ਇੰਚ ਦੇ, ਉਹਨਾਂ ਨੂੰ ਖੋਲ੍ਹ ਲਓ। ਖੋਲ੍ਹ ਕੇ ਉਹਨੂੰ ਜਿਸ ਜਗ੍ਹਾ 'ਤੇ ਲੋਕ ਪੈਦਲ ਚੱਲਦੇ ਆ, ਦਿਨ ਛਿਪਣ ਤੋਂ ਬਾਅਦ ਉਸ ਜਗ੍ਹਾ 'ਤੇ ਜਾ ਕੇ ਤੁਸੀਂ ਬੱਚੇ ਦਾ ਹੱਥ ਲਵਾ ਕੇ, ਅਗਰ ਬੱਚਾ ਸਿੱਟਦੇ ਤਾਂ ਜ਼ਿਆਦਾ ਅੱਛੀ ਗੱਲ ਨਹੀਂ, ਤਾਂ ਘਰ ਦੇ ਉਹਦੀ ਮਾਂ ਸਿੱਟ ਸਕਦੀ ਹੈ, ਲੜਕੀ ਦੀ, ਅਗਰ ਲੜਕੇ ਦੀ ਸ਼ਾਦੀ ਨਹੀਂ ਹੁੰਦੀ ਤਾਂ ਉਹਦਾ ਬਾਪ। ਉਸ ਤੋਂ ਬਾਅਦ ਕਈ ਵਾਰੀ ਸਾਡੇ ਵਿਆਹ ਦੇ ਵਿੱਚ ਐਸੀਆਂ ਉਲਝਣਾਂ ਪੈ ਜਾਂਦੀਆਂ ਕਿ ਸਾਡਾ ਕੋਈ ਰਸਤਾ ਨਹੀਂ ਮਿਲਦਾ। ਇਹ ਦੋ ਕੰਮ ਵਾਸਤੇ ਉਪਾਅ ਵੀ ਕੰਮ ਆ ਸਕਦਾ ਹੈ, ਵਿਆਹ ਵਾਸਤੇ ਅਤੇ ਜਿਹਦਾ ਕੰਮ ਜ਼ਿਆਦਾ ਬੰਨਿਆ ਹੋਵੇ, ਦੋਨਾਂ ਵਾਸਤੇ। ਵਿਆਹ ਬੰਨਿਆ, ਕੰਮ ਬੰਨਿਆ ਇੱਕੋ ਗੱਲ ਹੈ। ਇੱਕ ਤਾਲਾ ਲੈ ਲੈਣਾ, ਉਹ ਜਦੋਂ ਤੁਸੀਂ ਤਾਲਾ ਨਵਾਂ ਲੈਣ ਚੱਲੇ ਹੋ, ਉਸ ਦੁਕਾਨਦਾਰ ਕੋਲੋਂ ਜਦੋਂ ਤਾਲਾ ਲੈ ਕੇ ਆਉਣਾ, ਉਹ ਤਾਲਾ ਤੁਹਾਨੂੰ ਬੰਦ ਕਰਕੇ ਨਾ ਫੜਾਵੇ, ਉੱਤੋਂ ਖੋਲ੍ਹ ਕੇ ਤਾਲਾ ਲੈ ਲਓ। ਉਹ ਜਿਸ ਬੱਚੇ ਦਾ ਵਿਆਹ ਨਹੀਂ ਹੋ ਰਿਹਾ, ਉਹਦੇ ਕੋਲੋਂ ਤਾਲੇ ਨੂੰ ਬੰਦ ਕਰਕੇ ਉਹ ਬੱਚਾ ਕਿਸੇ ਜਗ੍ਹਾ 'ਤੇ ਰੱਖ ਦੇਵੇ ਜਿੱਥੇ ਲੋਕ ਆਉਂਦੇ ਜਾਂਦੇ ਹੋਣ, ਤਾਲਾ ਚੱਕ ਕੇ ਤਾਲਾ ਖੋਲ੍ਹ ਦੇਵੇ ਕੋਈ। ਉਹਦੇ ਨਾਲ ਹਾਲੇ ਕਿ ਇਹ ਨਹੀਂ ਹੁੰਦਾ ਕਿ ਜੇ ਕਿਸੇ ਨੇ ਤੁਰੇ ਜਾਂਦੇ ਨੇ ਤਾਲਾ ਖੋਲ੍ਹ, ਤਾਂ ਉਹਦਾ ਕੋਈ ਨੁਕਸਾਨ ਹੋਊਗਾ, ਉਹਦਾ ਕੋਈ ਨੁਕਸਾਨ ਨਹੀਂ ਹੁੰਦਾ। ਲੇਕਿਨ ਉਹ ਇਹ ਸੋਚ ਕੇ ਤਾਲਾ ਰੱਖੇ ਕਿ ਮੇਰਾ ਵਿਆਹ ਜਲਦੀ ਹੋ ਜਾਵੇ ਜਾਂ ਮੇਰਾ ਜਿਹੜਾ ਕੰਮ ਬੰਦ ਹੈ ਉਹ ਜਲਦੀ ਮੇਰਾ ਕੰਮ ਚੱਲ ਪਵੇ। ਇਸ ਛੋਟੇ ਜਿਹੇ ਉਪਾਅ ਨੂੰ ਕਰਕੇ ਦੇਖੋ। ਤਾਲਾ ਜਿਹੜਾ ਹੈਗਾ ਇਹ ਵੀ ਸ਼ਨੀਵਾਰ 4 ਵਾਰੀ, ਔਰ ਬਾਣ ਦਾ ਉਪਾਅ ਹੈ ਇਹ ਵੀ 4 ਵਾਰੀ, ਤਾਲਾ ਜਿਹੜਾ ਇਹ ਵੀ ਸ਼ਾਮ ਦੇ ਟਾਈਮ, ਅਤੇ ਬਾਣ ਦਾ ਉਪਾਅ ਵੀ ਸ਼ਾਮ ਦੇ ਟਾਈਮ ਕਰਨਾ। ਜੈ ਸ਼੍ਰੀ ਰਾਮ।